ਕਿ ਵਾਕਈ ਯਾਰ ਸੂਰਾ ਤੇ ਉਮਤੀਆਂ ਦਾ ਮਾਮਲਾ ਐਸਾ ਹੀ ਹੋਣਾ ਚਾਹੀਦਾ। ਤੇ ਇਸ ਮੌਕਾ ਤੇ ਮੈਂ ਬਹੁਤ ਇਕਸਾਰ ਤੋਂ ਕੰਮ ਲੈਂਦਾ ਤੁਹਾਡੇ ਸਾਹਮਣੇ ਸਿਰਫ ਅਰਜ਼ ਕਰੂੰਗਾ ਕਿ ਜਿਵੇਂ ਸਾਡੀਆਂ ਹੋਰ ਚੀਜ਼ਾਂ ਤਬਾਹ ਬਰਬਾਦ ਹੋ ਗਈਆਂ, ਇਸੇ ਤਰ੍ਹਾਂ ਹੀ ਨਿਕਾਹ ਦਾ ਜਿਹੜਾ ਮੁਕੱਦਸ ਰਿਸ਼ਤਾ ਸੀ ਇਹਨੂੰ ਵੀ ਅਸੀਂ ਇੱਕ ਦੁਨਿਆਵੀ ਰਸਮ ਬਣਾ ਦਿੱਤੀ। ਲੋਕਾਂ ਸਾਰਿਆਂ ਨੇ ਬਣਾ ਲਿਆ ਇਹ ਸ਼ਾਦੀ ਖਾਨਾ ਆਬਾਦੀ, ਚਲੋ ਰੌਣਕ ਹੈ, ਮੁੰਡੇ ਹੱਸਦੇ ਖੇਡਦੇ ਆ ਜਾਂਦੇ। ਕਿਸੇ ਦੇ ਜ਼ਿਹਨ 'ਚੋਂ ਅਜ਼ਮਤ ਨਾ ਰਹੀ ਕਿ ਨਿਕਾਹ ਰਸਮ ਨਹੀਂ, ਨਾ ਇਹ ਕਾਰੋਬਾਰ ਕਰਨ ਦਾ ਕੋਈ ਮਾਮਲਾ। ਇਹ 'ਚ ਦੀਨ ਹੈ ਔਰ ਦੀਨ ਵੀ ਐਡਾ ਕਿ ਹਜ਼ਰਤ ਅਨਸ ਰਜ਼ੀ ਅੱਲਾਹ ਫਰਮਾਉਂਦੇ ਇਜ਼ਾ ਤਜ਼ਵਜ ਰੱਬ ਫਕਦ ਇਸਤਕਮਲ ਨਿਸਬਤ ਦੀ। ਸਈਦ ਕਾਇਨਾਤ ਸੱਲਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਜਦੋਂ ਕਿਸੇ ਬੱਚੀ ਬੱਚੀ ਦੀ ਸ਼ਾਦੀ ਹੁੰਦੀ ਹੈ ਉਹ 'ਚ ਅੱਧਾ ਦੀਨ ਉਹਦਾ ਮੁਕੰਮਲ ਹੋ ਜਾਂਦਾ, ਪਰ ਜਦ ਤੱਕ ਅੱਲਾ ਫਿਰ ਨਿਸਲ ਬਾਕੀ ਅੱਧੇ ਦੀਨ ਦੀ ਹੁਣ ਫਿਕਰ ਕਰੇ। ਨਿਕਾਹ ਨੂੰ ਖੁਦ ਰਸਾਲ ਨਾਬ ਅਲੈਹਿ ਸਲਾਮ ਨੇ ਅੱਧਾ ਦੀਨ, ਐਡੀ ਅਜ਼ਮਤ ਬਣਾ ਦਿੱਤੀ। ਇਸ ਪਾਰੋ ਯਕੀਨ ਜਾਣੋ, ਮੈਂ ਕੁਰਾਨ ਜਦੋਂ ਪੜ੍ਹਨਾ, ਅੱਲਾਹ ਦੇ ਰਸੂਲ ਦੀ ਸੁਨਤ ਪੜ੍ਹਨਾ, ਮੈਂ ਮਾਲੂਮ ਕਰਨਾ ਹੁੰਦਾ ਸੀ ਜਦੋਂ ਮਸਜਿਦ ਦੀ ਇੱਟ ਰੱਖ ਰਿਹਾ ਹੁੰਦੇ ਨਾ ਜਾਂ ਕਿਸੇ ਮਦਰਸੇ ਦੀ, ਉਹ ਵੀ ਐਡਾ ਮੁਕੱਦਸ ਕੰਮ ਨਹੀਂ ਜਿੰਨਾ ਮੁਕੱਦਸ ਕੰਮ ਹੈ ਨਿਕਾਹ ਦਾ ਕੰਮ ਹੈ। ਜਿੱਦਾਂ ਕੰਮ ਦੀਨ ਇੱਥੋਂ ਲੈਣਾ ਚਾਹੁੰਦਾ ਉੱਥੋਂ ਵੀ ਨਹੀਂ ਹੁੰਦਾ, ਮਸਜਿਦਾਂ 'ਚ ਵੀ ਲੋਕ ਜਾਂਦੇ ਵਿਗੜੇ ਰਹਿੰਦੇ ਆ। ਦੂਜੇ ਇਹ ਅੱਲਾਹ ਦੇ ਰਸੂਲ ਅਲੈਹਿ ਸਲਾਮ ਦੀ ਨਜ਼ਰ 'ਚ ਅਗਰ ਦੁਨੀਆ ਦਾ ਧੰਦਾ ਹੁੰਦਾ ਦੀਨ ਨਾ ਹੁੰਦਾ ਤਾਂ ਦੀਨ ਛੁੱਟੀ ਦੇ ਦਿੰਦਾ, ਜਿਹਦੇ ਨਾਲ ਮਰਜ਼ੀ ਨਿਕਾਹ ਕਰੋ। ਬੜੀਆਂ ਬੜੀਆਂ ਖੂਬਸੂਰਤ ਔਰਤਾਂ ਸੀ ਮੁਸ਼ਰਕਾ, ਅੱਲਾਹ ਨੇ ਆਖਿਆ ਵਲਾਮਾ ਤੁਮ ਮਾਮਨਾ ਤੁਮ ਖੈਰ ਮੁਸ਼ਰਕਤ ਵਲਾ ਬਤਕਮ, ਭਾਵੇਂ ਉਹ ਕਿੰਨੀਆਂ ਸੋਹਣੀਆਂ ਲੱਗਣ ਦਫ਼ਾ ਕਰੋ ਉਹਨਾਂ ਨੂੰ, ਉਹ ਜਹਨਮ ਨੂੰ ਖੜਦੀਆਂ, ਉਹਦੇ ਨਾਲ ਤੁਹਾਨੂੰ ਲਾਉਂਦੀ ਮਿਲ ਜਾਏ ਮਗਰ ਦੀਨਦਾਰ ਹੋਵੇ ਤਾਂ ਉਹਨੂੰ ਲਾਓ। ਇਸਲਾਮ ਨੇ ਕਿਉਂ ਪਾਬੰਦੀ ਲਗਾ ਕਿ ਸਿਰਫ ਮੁਸਲਮਾਨ ਔਰਤ ਜਾਂ ਅਹਿਲ ਕਿਤਾਬ ਤੋਂ ਵਲ ਮੁਸਨਾਤ ਨੇਕ, ਔਰ ਅੱਲਾਹ ਦੇ ਰਸੂਲ ਅਲੈਹਿ ਸਲਾਮ ਨੇ ਜਦੋਂ ਹਦੀਸ ਪਾਕ ਫਰਮਾਇਆ ਧਿਆਨ ਕਰਨਾ ਚਾਹੀਦਾ ਵੀ ਇਹ ਰਸਮ ਹੁੰਦੀ ਅਤੇ ਆਖਿਆ ਜਾਂਦਾ ਮਾਲਦਾਰ ਲੜਕੀ ਲਾਇਓ, ਹਸੀਨ ਲਾਇਓ, ਖਾਨਦਾਨੀ ਲਾਇਓ, ਤੁਨ ਕੌਰ ਮਰਾ ਤਾਇਰ ਬਹਿਨ। ਅੱਲਾਹ ਦੇ ਰਸੂਲ ਅਲੈਹਿ ਸਲਾਮ ਫਰਮਾਇਆ ਚਾਰ ਗੱਲਾਂ ਪਰੋਂ ਦੁਨੀਆ ਨਿਕਾਹ ਕਰਦੀ ਹੈ, ਲੈ ਜਮਾ ਲਿਆ ਕੋਈ ਵਹਿੰਦੇ ਇੱਕ ਲੜਕੀ ਖੂਬਸੂਰਤ ਹੋਵੇ, ਭਲੇ ਹਸਬ ਆ ਕੋਈ ਉਹਦਾ ਖਾਨਦਾਨ ਵਹਿੰਦਾ, ਭਲੇ ਮਾਂ ਲਿਆ ਕੋਈ ਆਉਂਦੇ ਨਾਲ ਕੀ ਲਿਆ ਵੀ ਜੇ ਆਪ ਨੇ ਕੀ ਫਰਮਾਇਆ। ਇਹ ਅਗਰ ਰਸਮ ਹੁੰਦੀ ਘਰ ਹੀ ਬਾਅਦ ਫਰਮਾਇਆ ਬਿਲਕੁਲ ਠੀਕ ਆ, ਚਿੱਠੀ ਗੋਰੀ ਲਾਇਆ ਮਾਲਦਾਰ ਫਰਮਾਇਆ ਨਹੀਂ, ਫਲ ਫਰ ਬਜ਼ਾਤ ਦੀਨ ਤਾਰੇ ਬਰੀ ਅਦਾ ਕਰ। ਇਹ ਸਾਰੇ ਕੰਮ ਹੋ ਗਿਆ ਅਤੇ ਜਿਸ ਕੰਮ ਦੀ ਨਿਕਾਹ ਰੱਖਿਆ ਉਹਦਾ ਵੀ ਬੜਾ ਗਰਕ ਹੋ ਗਿਆ। ਨਿਕਾਹ 'ਚ ਦੀਨ ਹੈ ਇੱਕ ਬੁਨਿਆਦ ਰੱਖੀ ਜਾ ਰਹੀ ਹੈ ਅਦਾਰੇ ਦੀ, ਜਿੱਥੇ ਦੀਨਦਾਰ ਨਸਲ ਨੇ ਜਨਮ ਲੈਣਾ। ਇਸ ਤੋਂ ਫਰਮਾਇਆ ਅੱਲਾਹ ਤੇਰਾ ਭਲਾ ਕਰੇ ਤੂੰ ਦੀਨਦਾਰ ਤਲਾਸ਼ ਕਰ, ਮਾਲ 'ਤੇ ਲੱਤ ਮਾਰ, ਹੁਸਨ 'ਤੇ ਲੱਤ ਮਾਰ, ਖਾਨਦਾਨ 'ਤੇ ਦੀਨਦਾਰ ਤੂੰ। ਔਰ ਹਦੀਸ ਪਾਕ 'ਚ ਆਪਨੇ ਫਰਮਾਇਆ ਸੁਣਨ ਬਨੇ ਮਾਜਾ 'ਚ ਫਰਮਾਇਆ ਅੱਲਾਹ ਤਜ਼ਵਜੁਨ ਨਿਸਾਅ ਲਿਹੁਸਨੈਨ, ਖਬਰਦਾਰ ਹੁਸਨ ਪਾਰੋਂ ਲੜਕੀਆਂ ਨਾਲ ਨਿਕਾਹ ਨਾ ਕਰਿਓ, ਪਾਸਾ ਹੁਸਨ ਉਹਨਾਂ ਹੀ ਉਹਨੂੰ ਕੀ ਪਤਾ ਉਹ ਹੀ ਹੁਸਨ ਉਹਦਾ ਜਿਹੜਾ ਉਹਨੂੰ ਤਬਾਹ ਕਰ ਦੇ, ਬਦਮਾਸ਼ੀ 'ਚ ਪੈ ਜਾ। ਵਲਾ ਤਜ਼ਵਜੁ ਉਹਨਾਂ ਲੈ ਮਾਲ ਇਹਨਾਂ, ਨਾ ਮਾਲਾਂ ਪਾਰੋਂ ਕਰੇ ਹੋਵੇ ਮਾਲਦਾਰ ਕਰਾਉਣੇ ਦੀ, ਪਾਸਾ ਮਾਲ ਉਹਨਾਂ ਨੂੰ ਤੁਤਰਿਆ ਉਹਨਾਂ, ਉਹ ਮਾਲ ਹੀ ਉਹਨੂੰ ਸਰਕਸ਼ ਕਰ ਦੂਗਾ। ਉਹਨੇ ਗੱਲ ਹੀ ਨਹੀਂ ਮੰਨੀ, ਉਹਨੇ ਆਖਣਾ ਮੈਂ ਅਮੀਰ ਕਰਾਉਣੇ ਦੀ ਹੈ ਕੌਣ, ਇੱਜ਼ਤ ਹੀ ਤੇਰੀ ਕੋਈ ਨਹੀਂ। ਵਲਾ ਕਿਨ ਤਜ਼ਵਜੁ ਉਹਨਾਂ ਦਾ ਦੀਨ, ਫਰਮਾਇਆ ਤੁਸੀਂ ਨਿਕਾਹ ਕਰੋ ਤਾਂ ਦੀਨ ਲੱਭੋ। ਵਲਾ ਮਤਨ ਖਰਮਾ ਸੌਦਾ ਉਜ਼ਾ ਤੁਦੀਨ ਨਫਸ, ਮੇਰੇ ਔਰ ਤੁਹਾਡੇ ਆਕਰ ਮੌਲਾ ਕੁਰਬਾਨ ਦੇਈ, ਮੇਰੇ ਔਰ ਤੁਹਾਡੇ ਮਾਂ ਬਾਪ ਹਜ਼ੂਰ ਤੇ ਕੋਲ ਫਰਮਾਇਆ, ਔਰ ਲਾਉਂਦੀ ਜਿਹਦਾ ਨੱਕ ਕੱਟਿਆ ਔਰ ਕਾਲੇ ਰੰਗ ਦੀ ਹੈ ਮਗਰ ਦੀਨ ਹੈਗਾ ਉਹਦੇ, ਉਹ ਹਜ਼ਾਰ ਖਾਨਦਾਨੀ ਔਰ ਸੁਣੋ, ਕਿਉਂਕਿ ਇੱਕ ਐਸਾ ਇਦਾਰਾ ਬਣਾਉਣਾ ਜਿੱਥੋਂ ਦੀਨ ਨਸ਼ਵਨ ਮਾ ਪਾਏ। ਔਰ ਮੈਂ ਨਾ ਉਲਮਾ ਇਸਲਾਮ ਬਾਕੀ ਸਾਹਿਬ ਬਸੀਰਤ ਜੀ ਨੇ ਆਖਿਆ ਕਿ ਜਿਹਾਦ ਨਾਲੋਂ ਵੀ ਨਿਕਾਹ ਅਫਸਲ ਹੈ। ਇਸ ਵਜ੍ਹਾ ਨਾਲ ਮੇਰੀ ਗੱਲ 10-15 ਮਿੰਟ ਸੁਣ ਲਓ ਕਿ ਜਿਹਾਦ ਨਾਲੋਂ ਵੀ ਅਫਸਲ ਹੈ। ਹਾਲਾਂਕਿ ਅੱਲਾਹ ਦੇ ਰਸੂਲ ਅਲੈਹਿ ਸਲਾਮ ਫਰਮਾਇਆ ਜ਼ਰਵਾਤ ਸਲਾਮ ਅਲੈਹਿ ਸਲਾਮ ਨਾਲ ਜਿਹਾਦ, ਇਸਲਾਮ ਦੀ ਚੋਟੀ ਇਹ ਹੈ ਕਿ ਬੰਦਾ ਮਗਰ ਨਬੀ ਉਲਮਾ ਇਸਲਾਮ ਫਰਮਾਉਂਦੇ ਨਿਕਾਹ ਉਹਦੇ ਨਾਲੋਂ ਵੀ ਵਾਲਾ। ਔਰ ਉਹਦੀ ਵਜ੍ਹਾ ਸਮਝ ਆਉਂਦੀ ਹੈ ਜਿਹਾਦ ਕੀ ਹੈ, ਬਈ ਆਦਮੀ ਖੁਦ ਮਰ ਜੂਗਾ ਜੋ ਕਾਫਰ ਮਰ ਜੂਗਾ, ਕੋਈ ਜ਼ਰੂਰੀ ਨਹੀਂ ਕਿ ਕਾਫਰ ਇਸਲਾਮ ਲੈ। ਮਗਰ ਇਹ ਬਗੈਰ ਮਰਿਆਂ ਬਗੈਰ ਕਿਸੇ ਨੂੰ ਕਤਲ ਕੀਤਿਆਂ ਅਗਰ ਬੱਚਾ ਬੱਚੀ ਵਾਕਈ ਇਸ ਨੀਅਤ ਨਾਲ ਕਬੂਲ ਕਰ ਰਿਹਾ, ਵੀ ਅਸੀਂ ਅੱਜ ਇੱਕ ਐਸਾ ਇਦਾਰਾ ਪਾਕੀ ਦਾ ਇਦਾਰਾ ਬਣਾਉਣ ਲੱਗੇ ਕਰ ਜਿੱਥੋਂ ਅੱਲਾਹ ਤਾਲਾ ਸਾਨੂੰ ਅੱਛੀ ਨਸਲ ਦੇਵੇ, ਤਾਂ ਅਸੀਂ ਪਾਕ ਔਲਾਦ ਤਿਆਰ ਕਰਨੀ ਹੈ, ਐਸੀ ਨਸਲ ਛੱਡ ਕੇ ਜਾਣੀ ਹੈ ਜਿਨ੍ਹਾਂ 'ਤੇ ਅੱਲਾਹ ਦੇ ਰਸੂਲ ਕਿਆਮਤ ਦੇ ਦਿਨ ਫਖਰ ਕਰ। ਫਰਮਾਇਆ ਤਜ਼ਵਜ ਅਲ-ਵਲੂਦ ਅਲ-ਵਲੂਦ, ਨਿਕਾਹ ਕਰੋ ਔਰਤਾਂ ਨਾਲ ਜਿਹੜੀਆਂ ਬੱਚੇ ਜ਼ਿਆਦਾ ਜਾਣ, ਫੈਨੀ ਕਾਸਰ ਬਿਕਮਲ ਅੰਬੀਆ ਯਾਮਲ ਕਿਆਮਤ, ਦਿਨ ਕਿਆਮਤ ਦੇ ਮੈਂ ਫਖਰ ਕਰੂੰਗਾ ਹਜ਼ੂਰ ਨੇ ਅੱਛਾ ਹਜ਼ੂਰ ਦੇ ਚੰਡੇ ਦੇ। ਇਸ ਤਰ੍ਹਾਂ ਯਕੀਨ ਜਾਣੋ ਨਾ ਅਬਦੁਲ ਵਾਹਿਦ ਦੇ ਘਰ ਖੁਸ਼ੀ ਹੈ, ਨਾ ਖਾਲਿਦ ਮਹਿਮੂਦ ਦੇ, ਅੱਜ ਖੁਸ਼ੀ ਹੈ ਅਤੇ ਮੁਹੰਮਦ ਰਸੂਲ ਅਤੇ ਮੇਰੇ ਉਮਰ ਦੇ ਬੱਚੇ ਬੱਚੀਆਂ, ਅਗਰ ਅੱਲਾਹ ਤਾਲਾ ਇਹਨਾਂ ਨੂੰ ਔਲਾਦ ਦੇਵੇ ਔਰ ਉਹਨਾਂ ਨੂੰ ਉੱਦਾਂ ਪਾਲਣ ਜਿਵੇਂ ਅੱਲਾਹ ਆਉਂਦਾ ਮੁਸਲਮਾਨ ਬੱਚਿਆਂ ਨੂੰ ਪਾਲੋ, ਅਤੇ ਜਦੋਂ ਇਹ ਦੁਨੀਆ ਤੋਂ ਜਾਣਗੇ ਇਹਨਾਂ ਦੇ ਪਿੱਛੇ ਅੱਲਾਹ ਦੇ ਰਸੂਲ ਦਾ ਨਾਮ ਲੈਣ ਹੋਊ। ਇਸ ਤੋਂ ਫਿਰ ਮੈਂ ਫਖਰ ਕਰੂੰਗਾ
تو اللہ کے رسول علیہ السلام تانے کیا بینا حسن نمار اور جو میرا مقصد ہے پیغمبر خدا دے وہ دین ہے اس تو دیندار بچی لیا ہو جیسے میں تو اڑتا ہوں اللہ تعالیٰ پاکیزہ اولاد دے اے بچے ماشاءاللہ پڑھے لکھے بیٹھے اللہ کے رسول علیہ السلام پہلی حضرت فرمائی کہ جدو سی اکٹھے ہون اللہ تعالیٰ تو ہمیں موقع دے اکٹھے ہو کہ دعا اس کا بسم اللہ اللہ جنم شیطان و جنم شیطان مار لکھنا اللہ اسی دنیا دے لوگوں کو نہیں صرف عیاشی کرنا چاہنے اسی چاہنے اللہ میرے چون میری بیوی چون شیطان دور رکھیں تو جڑی اولاد تو ساری قسمت کریں وہ دے سمجھے یعنی اللہ دے پیغمبر کی نظر کتنی دور ہے کہ میرا ایک کلمہ دنیا جاری رہے میرا نام دنیا سر بلند رہے دہر میں اس میں محمد سے اجالا کر دے دنیا اگر روشن نام ہوئے تو محمد عربی صلی اللہ علیہ وسلم دنیا ساری مٹانے لگی میرے نام مٹنا نہیں تو نام مٹایا یا دیکھو مگر سارا منشا یہ ہونا چاہیے کہ نکاح رسم کے طور نہ کریے نہ ہور معیار ہو نہ کسوٹیاں ہو بیاہ ویکنا ویکنا دین دین دی دار بچی لیاؤ اے بچہ ماشاء اللہ عالم فاضلہ میرا بھی محبت کرنا اور ام مدرسہ تو نے زیادہ دستا عرب شاعر آدھا ماں کی ہے تو نکاح کر کے نا ماں ایک مدرسہ جی مولویا نے ایک مدرسہ کھولیا کچھ بھی نہیں تو ایک ایسا مدرسہ لگا بناؤ اور ام مدرسہ تو نے دتا آدتا شاہ بنتا یہ بلا راہ کے اگر تو ایک نیک عورت لایا یہ مطلب تو ایک پاکیزہ نسل والی اولاد کا سلسلہ قائم کر ایسا درخت لگا تھا جڑا گہری دین اسلام